ਮੈਂ 4-5 ਸਾਲ ਹੋ ਗਏ ਮੈਨੂੰ ਪ੍ਰਧਾਨ ਕੀ ਕਰਦੇ ਨੂੰ। ਜਿਹੜੀ ਆਹ ਗ੍ਰਾਹ ਵਾਲੇ ਦੀ ਫੋਟੋ ਆ, ਆਹ ਦੇਖ ਲਓ, ਮੈਂ ਢੱਡ ਚ ਵਿਛਾ ਕੇ ਰੱਖਦਾ ਸੀ ਗ੍ਰਾਹ ਵਾਲੇ ਨੂੰ ਵੀ ਕੋਈ ਗੱਲ ਨੀ, ਤੇਰੇ ਨਾਲ ਆ ਨਾਲ ਹੀ ਰਹਾਂਗੇ। ਪਰ ਇਹਨੂੰ ਅੱਜ ਜਾ ਕੇ ਲਾ ਕੇ ਜਾਊਂਗਾ, ਸਾਰਿਆਂ ਨੂੰ ਬੇਨਤੀ ਲਾ ਕੇ ਜਾਊਂਗਾ। ਕਿਉਂ ਆਪਾਂ ਜਿੰਨੇ ਵੀ ਆਪਣੇ ਕਿਸਾਨ ਜਥਿਆਂ ਦੇ ਪਤੀਆਂ ਦੇ ਆਗੂ ਨੇ, ਉਹਨਾਂ ਦਾ ਕਿਸੇ ਨੇ ਕੋਈ ਉਹ ਨੀ ਕਰਨਾ। ਜਿਵੇਂ ਆਪਾਂ ਨੂੰ ਕਹਿਣਗੇ, ਆਪਾਂ ਉਹਨਾਂ ਦੇ ਕਹਿਣੇ ਅਨੁਸਾਰ ਹੀ ਚੱਲਣਾ। ਕਿਉਂ ਆਪਾਂ ਜੇ ਕਹਿੰਦੇ ਨੇ ਬਾਰਡਰ ਤੋੜਾਂਗੇ ਤਾਂ ਬਾਰਡਰ ਤੋੜਾਂਗੇ, ਨਹੀਂ ਬਾਰਡਰ ਕਿਸੇ ਨੇ ਨੀ ਤੋੜਨਾ, ਕਿਸੇ ਨੇ ਹੁੱਲਬਾਜੀ ਨੀ ਕਰਨ ਦੀ। ਨੌਜਵਾਨ ਵੀਰ ਨੂੰ ਬੇਨਤੀ ਆ, ਕਿਉਂ ਇੱਕਾ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਨੇ ਆਪਣੇ ਕੋਲ, ਸਾਰੇ ਵੀਰਾਂ ਨੂੰ ਬੇਨਤੀ ਆ ਵੀ ਇਹ ਵੀ ਆਪਣੀਆਂ ਮਾਵਾਂ ਨੇ, ਹਨਾ, ਇਹਨਾਂ ਨੂੰ ਆਪਾਂ ਨਾ ਵਧੀਏ, ਇੱਧਰ ਨਾ ਵਧੀਏ। ਕਿਉਂ ਇਹ ਆਪਾਂ ਨੂੰ ਜੇ ਕੁਛ ਕਹਿੰਦੇ ਨੀ, ਆਪਾਂ ਨੂੰ ਪਹਿਲਾਂ ਵੀ ਨੀ ਕੁਛ ਕਿਹਾ, ਆਪਾਂ ਦਿੱਲੀ ਜਾ ਕੇ ਆਏ ਆ, ਉੱਥੇ ਵੀ ਆਪਾਂ ਸਰੋਂ ਮਦਦੀਆਂ ਦੀਆਂ ਪੂਰਾ ਤੁਹਾਨੂੰ ਪਤੀ ਆ, ਸਾਰਾ ਕੁਛ ਕਰਤਾ ਸੀ ਆਪਾਂ ਨੇ, ਉੱਥੇ ਵੀ ਆਪਾਂ ਨੂੰ ਕਿਸਾਨ ਵੀਰਾਂ ਨੇ ਕੁਛ ਨੀ ਕਿਹਾ। ਪਰ ਦੇਖ ਕੇ ਵੀਰ ਬਣ ਕੇ ਸਾਰਿਆਂ ਨੂੰ ਬੇਨਤੀ, ਹੱਥ ਜੋੜ ਕੇ ਵੀ ਇੱਧਰ ਨਾ ਜਾਓ, ਕਿਉਂ ਆ ਕੇ ਉਰੇ ਗੱਲਾਂ ਸੁਣੋ ਆਪਣੀਆਂ, ਉਰੇ ਬੈਠੋ। ਤੇ ਬਾਕੀ ਜਿਹੜੀ ਜਮਾਨ ਚ ਫਤਿਹ ਆ, ਉਹਦੀ ਜਹਾਨ ਚ ਫਤਿਹ ਆ। ਆਪਾਂ ਕਹਿੰਦੇ ਹੁੰਦੇ ਆ ਚੀਕਾਂ ਮਰਾ ਦਾਂਗੇ ਚੀਕਾਂ, ਸੈਂਟਰ ਸਰਕਾਰ ਦੀਆਂ ਪੈਰਾਂ ਥੱਲੋਂ ਅੱਗ ਮਚਾ ਦਾਂਗੇ ਅੱਗ, ਕੋਈ ਚੱਕਰ ਵਾਲੀ ਗੱਲ ਨੀ। ਅਸੀਂ ਵੀ ਹੁਣ 3-4 ਦਿਨ ਹੋਏ ਸੇਵਾ ਤੇ ਲੱਗਿਆ ਨੂੰ, ਪਾਣੀ ਦੀ ਸੇਵਾ ਕਰ ਰਹੇ ਹਾਂ, ਹੁਣ ਅਸੀਂ ਸਿੰਘੂ ਬਾਰਡਰ ਤੇ ਜਾਣਾ। ਬਸ ਇੰਨੇ ਕੀ ਬੋਲਣ ਦਾ ਟਾਈਮ ਸੀਗਾ। ਬੋਲੋ ਸੋਨਿਆਲ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ। ਕਿਸੇ ਨੇ ਕੋਈ ਤੇਲ ਦਾ ਖਰਚਾ ਨੀ ਦਿੱਤਾ, ਅਸੀਂ ਉਹ ਯੂਨੀਅਨ ਛੱਡ ਕੇ ਆਜ਼ਾਦ ਯੂਨੀਅਨ ਚ ਰਲਿਆਂਗੇ। ਬੋਲੋ ਸੋਨਿਆਲ, ਕਿਉਂ ਜਿਹੜੇ ਮਰੀਆਂ ਵਾਲੀਆਂ ਜ਼ਮੀਨਾਂ ਵਾਲੇ ਲੋਕ ਹੁੰਦੇ ਨੇ, ਇਹ ਆਉਂਦੇ ਨੀ ਜਾਂਦੇ ਨੀ। ਇੱਕ ਇਹ ਪ੍ਰੋਗਰਾਮ ਅੱਜ ਮਿਥਿਆ ਗਿਆ ਸੀ 15 ਤਰੀਕ ਦਾ ਰੇਲਾ ਰੋਕਣ ਦਾ, ਇਹ ਉੱਥੇ ਜਾਣ ਦਾ ਮੌਕਾ ਹੈਗਾ ਸੀ ਕਿ ਨਾ ਨਹੀਂ? ਬਾਈ ਰੇਲਾ ਰੋਕ ਕੇ ਪਤਾ ਕੀ ਬਣੂਗਾ, ਇਹ ਤਾਂ ਆਪਾਂ ਲੋਕਾਂ ਨੂੰ ਪਰੇਸ਼ਾਨ ਕਰਦੇ ਹਾਂ ਨਾ। ਬਾਈ ਜਿੱਥੇ ਆਪਾਂ ਨੂੰ ਆਉਣ ਦੀ ਲੋੜ ਆਪਾਂ ਉੱਥੇ ਜਾਂਦੇ ਨੀ, ਕਿਉਂ?